हाँ जी, तुसी जुड़े हुए हो नरोल पंजाबी साहित्यक चैनल पंजाबी साहित्यक सरगर्मियां दे नाल, ते जिस दे माध्यम दे राही तुहानू अकादमिक खेतर नाल संबंधित नवीं अपडेट दित्ती जांदी है, ते नाल नाल जिहड़ा है UGC नेट मास्टर किडर पंजाबी दी तैयारी करवाई जांदी है, जां कोई भी पंजाबी नाल संबंधित इम्तिहान होवे। तां हुण आपां जिहड़ा है मास्टर किडर दा पेपर जल्द होण दी आस दे विच ते UGC नेट दा पेपर होण विच तां इक विलक्षण जिहा काम कर रहे हैं आपां कि जिहड़ा तुहानूं YouTube ते होर किसे भी चैनल ते नहीं मिलेगा। आपां सिर्फ ओ रचनावां तुहाडे नाल सांझियां कर रहे हैं जिहड़ियां यूनिवर्सिटी दे सिलेबस दे विच लगियां होईयां ने, क्योंकि जिहड़े चर्चित लेखक ने पंजाबी दे साहित्यकार ने उहनां दीआं रचनावां ही जिहड़ियां सिलेबस दे विच लगदियां ने, ते चाहे ओह मध्यकाल दे होण, आदिकाल दे, मध्यकाल दे, जां ਜਿਹੜੇ ਆਧੁਨਿਕ ਸਾਡੇ ਲੇਖਕ ਨੇ। ਤਾਂ ਆਪਾਂ ਜਿਹੜੀ ਇਹ ਲੜੀ ਸ਼ੁਰੂ ਕੀਤੀ ਸੀ ਇਹਦੇ ਵਿੱਚ ਅੱਜ ਤੁਹਾਡੇ ਨਾਲ ਚੌਥਾ ਭਾਗ ਸਾਂਝਾ ਕਰਨਾ। ਜੇ ਤੁਸੀਂ ਪਹਿਲਾਂ ਵਾਲੇ ਭਾਗ ਨਹੀਂ ਦੇਖੇ ਤਾਂ ਉਹ ਤੁਸੀਂ ਜਿਹੜਾ ਹੈ ਪਲੇਲਿਸਟ PUP ਸਿਲੇਬਸ ਵਾਲੀ ਦੇ ਵਿੱਚੋਂ ਦੇਖ ਸਕਦੇ ਹੋ। ਤਾਂ ਕਵਿਤਾ ਦੇ ਇੱਕ ਵੀਡੀਓ ਪਹਿਲਾਂ ਸਾਂਝੀ ਕੀਤੀ ਸੀ, ਅੱਜ ਫੇਰ ਜਿਹੜਾ ਅੱਜ ਖਾਸ ਤੌਰ ਤੇ ਉੱਪਰ ਜਿਹੜੀ MA ਪੰਜਾਬੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੀਆਂ ਕਾਵਿ ਸੰਗ੍ਰਹਿ ਸ਼ਾਮਲ ਨੇ ਜਾਂ ਚੋਣਵੀਆਂ ਕਵਿਤਾਵਾਂ, ਉਹਨਾਂ ਦੀ ਆਪਾਂ ਜਿਹੜੀ ਗੱਲ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ। ਤਾਂ ਜਿਹੜੇ ਦੋਸਤ ਪਹਿਲੀ ਵਾਰ ਇਸ ਚੈਨਲ ਤੇ ਵਿਜ਼ਿਟ ਕਰ ਰਹੇ ਆ, ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਜਲਦ ਹੀ ਤੁਹਾਨੂੰ ਮਿਲ ਸਕੇ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਜਿਹੜੀ ਵੀਡੀਓ ਹੈ, ਇਸ ਦੇ ਵਿੱਚ ਆਧੁਨਿਕ ਪੰਜਾਬੀ ਕਾਵਿ ਦੇ ਵਿੱਚ ਜਿਹੜੀਆਂ ਪੁਸਤਕਾਂ ਲੱਗੀਆਂ ਹੋਈਆਂ ਨੇ, ਇਹਦੇ ਵਿੱਚ ਖੁੱਲੇ ਮੈਦਾਨ ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਪੁਸਤਕ ਲੱਗੀ ਹੋਈ ਹੈ, ਇਹਦੇ ਤੇ ਕਾਫੀ ਵਾਰ ਸਵਾਲ ਜਿਹੜਾ ਪੁੱਛਿਆ ਜਾ ਚੁੱਕਿਆ ਹੈ। ਤੇ ਇਹਦੇ ਵਿਚਲੀਆਂ ਕੁਝ ਕੁ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਕਵਿਤਾਵਾਂ ਪੂਰਨ ਨਾਥ ਜੋਗੀ, ਇੱਛਰਾਂ, ਮਾਂ, ਪੂਰਨ ਦਾ ਭੋਰੇ ਵਿੱਚ ਪੈਣਾ, ਪੂਰਨ ਦਾ ਮਾਂ ਥੀ ਵਿਛੋੜਾ, ਮੁੱਲ ਪਾ ਤੂੰ ਆਪਣਾ, ਜਵਾਨ ਪੰਜਾਬ ਦੇ, ਜਵਾਨ ਪੰਜਾਬ ਦੇ ਬਾਰੇ ਜਿਹੜਾ ਸਵਾਲ ਹੋ ਚੁੱਕਿਆ ਪਹਿਲਾਂ। ਤਾਂ ਨੈਕਸਟ ਦੂਜਾ ਜਿਹੜਾ ਕਾਵਿ ਸੰਗ੍ਰਹਿ ਲੱਗਿਆ ਹੋਇਆ, ਸੁਨਿਹੜੇ 1955, ਅੰਮ੍ਰਿਤਾ ਪ੍ਰੀਤਮ ਦਾ, ਜਿਸ ਦੇ ਉੱਪਰ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਹੋਇਆ, ਅੰਮ੍ਰਿਤਾ ਪ੍ਰੀਤਮ ਨੂੰ। ਤੇ ਇਸ ਦੀਆਂ ਕਵਿਤਾਵਾਂ ਨੇ ਵੇ ਨੂਰ, ਵੇ ਪਰਦੇਸੀਆ, ਸੁਪਨੇ, ਪੁਰੇ ਦੀ ਵਾਹ, ਇੱਕ ਖਤ। ਤਾਂ ਇਹ ਜਿਹੜੇ ਇਹਦੇ ਵਿੱਚ ਕੁਝ ਕਾਫੀ ਸਾਰੀਆਂ ਕਵਿਤਾਵਾਂ ਨੇ, ਪਰ ਜਿਹੜਾ ਸਾਰੀਆਂ ਦੇ ਨਾਮ ਨਹੀਂ ਦਿੱਤੇ ਜਾ ਸਕਦੇ, ਚੋਣਵੀਆਂ ਜੀਆਂ ਦੇ ਤੁਹਾਨੂੰ ਦੱਸ ਰਿਹਾ ਹਾਂ। ਹਾਂਜੀ, ਅੱਗੇ ਹੈ ਪਾਕਿਸਤਾਨੀ ਪੰਜਾਬੀ ਕਵਿਤਾ। ਤੇ ਇਹ ਵੀ ਪੁੱਛ ਲਿਆ ਜਾਂਦਾ ਹੈ ਕਿਉਂਕਿ ਇਹ ਸਿਲੇਬਸ ਦੀ ਕਿਤਾਬ ਹੋਣ ਕਰਕੇ ਕਿ ਪਾਕਿਸਤਾਨੀ ਪੰਜਾਬੀ ਕਵਿਤਾ ਕਿਹਨਾਂ ਨੇ ਸੰਪਾਦਿਤ ਕੀਤੀ ਹੈ। ਜਸਵਿੰਦਰ ਸਿੰਘ ਸੈਣੀ ਤੇ ਪਰਮਜੀਤ ਸਿੰਘ ਮੀਸ਼ਾ ਦੀ ਇਹ ਕਿਤਾਬ ਜਿਹੜੀ ਸੰਪਾਦਿਤ ਕੀਤੀ ਹੋਈ ਹੈ। ਤੇ ਇਸ ਦੇ ਵਿਚਲੀਆਂ ਕੁਝ ਕਵਿਤਾਵਾਂ, ਅੱਖਾਂ ਸੱਤ ਸਮੁੰਦਰ, ਸੋਚਾਂ ਦੀ ਜੰਜੀਰ, ਸਫ਼ਰ ਦੀ ਰਾਤ, ਅੱਖਰਾਂ ਦੀ ਝਾਤੀ, ਕਿੱਕਰਾਂ ਦੀ ਛਾਂ, ਇਹ ਜਿਹੜੀਆਂ ਇਹਦੇ ਵਿੱਚ ਕਵਿਤਾਵਾਂ ਨੇ। ਹਾਂਜੀ, ਨੈਕਸਟ ਹੈ ਕਿਤਾਬ ਬਿਰਹਾ ਤੂੰ ਸੁਲਤਾਨ, 1975, ਸ਼ਿਵ ਕੁਮਾਰ ਬਟਾਲਵੀ। ਤਾਂ ਸ਼ਿਵ ਕੁਮਾਰ ਬਟਾਲਵੀ ਦੀ ਕਿਤਾਬ ਕਾਵਿ ਸੰਗ੍ਰਹਿ ਜਿਹੜਾ ਹੈ ਬਿਰਹਾ ਤੂੰ ਸੁਲਤਾਨ, ਇਹ ਲੱਗਿਆ ਹੋਇਆ। ਇਹਦੇ ਵਿਚਲੀਆਂ ਕੁਝ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਸ਼ਿਕਰਾ, ਬਿਰਹਾ ਤੂੰ ਸੁਲਤਾਨ, ਗਜ਼ਲ, ਜਾਂਚ ਸਾਨੂੰ ਆ ਗਈ ਏ ਕੰਮ ਖਾਣ ਦੀ, ਮੈਨੂੰ ਵਿਦਾ ਕਰੋ, ਸਭ ਤੋਂ ਇੰਪੋਰਟੈਂਟ, ਮੈਨੂੰ ਵਿਦਾ ਕਰੋ, ਜ਼ਖਮ। ਇਹਨਾਂ ਵਿੱਚੋਂ ਕਿਸੇ ਕਵਿਤਾ ਦਾ ਨਾਮ ਵੀ ਜਿਹੜਾ ਦੇ ਕੇ ਪੁੱਛਿਆ ਜਾ ਸਕਦਾ ਹੈ, ਜਿਵੇਂ ਸ਼ਿਕਰਾ ਕਵਿਤਾ ਕਿਸ ਦੀ ਹੈ, ਤਾਂ ਸ਼ਿਵ ਕੁਮਾਰ ਬਟਾਲਵੀ ਦੀ। ਨੈਕਸਟ ਜਿਹੜਾ ਕਾਵਿ ਸੰਗ੍ਰਹਿ ਲੱਗਿਆ ਹੋਇਆ ਉਹ ਹੈ ਸੁਰਜਮੀਨ, ਸੁਰਜੀਤ ਪਾਤਰ ਦਾ। ਜੇ ਆਈ ਪਤਝੜ, ਜਿਹੜੇ ਕੁਝ ਕੁ ਜਿਵੇਂ ਇੱਕ ਸਤਰ ਦੱਸ ਕੇ ਪੁੱਛ ਲਿਆ ਜਾਂਦਾ ਪੇਪਰ ਦੇ ਵਿੱਚ ਕਿ ਇਹ ਕਿੰਨਾ ਦੀ ਹੈਗੀ ਆ, ਜਿਵੇਂ ਅੰਮ੍ਰਿਤਾ ਪ੍ਰੀਤਮ ਦੀ ਪਿਛਲੀ ਵਾਰ ਮੇਰਾ ਖਿਆਲ ਪੁੱਛੀ ਗਈ ਸੀ ਕਿ ਜਿਹੜਾ ਉਦੋਂ ਵਾਰਿਸ ਸ਼ਾਹ ਕਦੇ ਕਬਰਾਂ ਵਿੱਚੋਂ ਬੋਲ ਜਿਹੜੀਆਂ ਉਹ ਸਤਰਾਂ ਨੇ ਉਹਨਾਂ ਬਾਰੇ ਪੁੱਛਿਆ ਸੀਗਾ। ਹਾਂਜੀ, ਇਹਦੇ ਵਿੱਚ ਇਹਨਾਂ ਦੀਆਂ ਚੋਣਵੀਆਂ ਜਿਹੀਆਂ ਸਤਰਾਂ ਸ਼ਾਮਲ ਕੀਤੀਆਂ ਮੈਂ ਇਹਨਾਂ ਦੀਆਂ ਗਜ਼ਲਾਂ ਦੀਆਂ। ਜੇ ਆਈ ਪਤਝੜ ਮੈਂ ਸੁਣਾ, ਜੇ ਰਾਤ ਖਮੋਸ਼ ਨੂੰ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਇਹ ਜੋ ਚੰਨ ਦੀ ਚਾਨਣੀ ਹੈ, ਤੂੰ ਮੇਰੇ ਦਰਖਤਾਂ ਤੇ ਵਸਦੀ ਘਟਾ ਹੈ।
ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਦੇ ਬਾਰੇ ਜਿਹੜਾ ਪੁੱਛ ਲਿਆ ਜਾਂਦਾ ਹੈ। ਕਾਵਿ ਸੰਗ੍ਰਹਿ ਹੈ ਸੁਰਜਮੀਨ ਸੁਰਜੀਤ ਪਾਤਰ ਦਾ। ਨੈਕਸਟ ਹੈ ਮੈਂ ਹੁਣ ਵਿਦਾ ਹੁੰਦਾ ਹਾਂ, ਮੈਂ ਹੁਣ ਵਿਦਾ ਹੁੰਦਾ ਹਾਂ, ਪਾਸ਼ ਦਾ ਸੰਪਾਦਕ ਰਜਿੰਦਰਪਾਲ ਸਿੰਘ ਬਰਾੜ। ਤੇ ਇਹਦੇ ਵਿੱਚ ਜਿਹੜੀਆਂ ਕਵਿਤਾਵਾਂ ਨੇ ਸਭ ਤੋਂ ਖਤਰਨਾਕ ਇਨਕਾਰ, ਕਾ ਤੈਨੂੰ ਪਤਾ ਨਹੀਂ ਮੈਂ ਪੁੱਛਦਾ ਹਾਂ, ਤੇ ਇਹਦੇ ਵਿੱਚ ਇੱਕ ਹੋਰ ਕਵਿਤਾ ਹੈਗੀ ਆ ਕਾਮਰੇਡ, ਕਾਫੀ ਚਰਚਿਤ ਜਿਹੜੀ ਕਵਿਤਾ। ਹਾਂਜੀ ਇਹਦੇ ਵਿੱਚ ਨੈਕਸਟ ਜਿਹੜਾ ਕਾਵਿ ਸੰਗ੍ਰਹਿ ਲੱਗਿਆ ਹੋਇਆ ਦੇਸ਼ ਹੋਇਆ ਪਰਦੇਸ਼, ਸੰਪਾਦਕ ਕੀਤੀ ਹਰਚਰਨ ਸਿੰਘ ਬੇਦੀ ਨੇ, ਜਿਨ੍ਹਾਂ ਦਾ ਤੁਹਾਨੂੰ ਪਤਾ ਹੀ ਹੋਣਾ ਕਿ ਸਾਰਾ ਕੰਮ ਜਿਹੜਾ ਪ੍ਰਵਾਸ ਦਾ ਇਹਨਾਂ ਨੇ ਕਾਫੀ ਸਾਰਾ ਕੀਤਾ ਹੋਇਆ, ਜਿਹੜਾ ਸਾਡਾ ਪ੍ਰਵਾਸੀ ਲਿਟਰੇਚਰ ਹੈ ਉਹਦੇ ਉੱਪਰ। ਦੇਸ਼ ਹੋਇਆ ਪਰਦੇਸ਼ ਇਹਨਾਂ ਨੇ ਸੰਪਾਦਕ ਕੀਤੀ, ਜਿਹਦੇ ਵਿੱਚ ਜਿਹੜੀਆਂ ਕਵਿਤਾਵਾਂ ਨੇ ਉਹ ਪ੍ਰਵਾਸੀ ਕਵੀਆਂ ਦੀਆਂ ਨੇ। ਹਾਂਜੀ ਇੱਕ ਜਿਹੜਾ ਹੋਰ ਕਾਵਿ ਸੰਗ੍ਰਹਿ ਲੱਗਿਆ ਹੋਇਆ ਹਾਸ਼ੀਏ ਦੇ ਹਾਂਸਲ, ਸੰਪਾਦਕ ਕੀਤਾ ਰਜਿੰਦਰਪਾਲ ਸਿੰਘ ਬਰਾੜ ਅਤੇ ਜੀਤ ਸਿੰਘ ਜੋਸ਼ੀ ਨੇ, ਤੇ ਹਾਸ਼ੀਏ ਦੇ ਹਾਂਸਲ। ਤਾਂ ਇਹਦੇ ਵਿੱਚ ਕਵਿਤਾਵਾਂ ਜਿਹੜੀਆਂ ਨੇ ਲਾਲਾ ਬਾਕੇ ਦਿਆਲ ਪਗੜੀ ਸੰਭਾਲ ਜੱਟਾ, ਬਾਬੂ ਰਜ਼ਬ ਅਲੀ ਤੇਰੇ ਤਾਰ ਵਸਰਾ ਜੀ, ਚਿਰਾਗ ਦਾ ਮਨ ਤੂੰ ਆਪਣੀ ਮਾਂ ਛੱਡ ਦੇ, ਗੁਰਦਾਸ ਰਾਮ ਆਲਮ ਆਜ਼ਾਦੀ, ਸੰਤ ਰਾਮ ਉਦਾਸੀ, ਕੰਮੀਆਂ ਦਾ ਵਿਹੜਾ। ਤਾਂ ਅਜਿਹੀਆਂ ਜਿਹੜੀਆਂ ਕਵਿਤਾਵਾਂ ਜਿਹੜੀਆਂ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਹੈਗੀਆਂ। ਹਾਂਜੀ ਇਹ ਸੀ ਕੁਝ ਕੁ ਜਿਹੜੀਆਂ ਰਹਿ ਗਈਆਂ ਨੇ ਉਹ ਅਗਲੀ ਵੀਡੀਓ ਦੇ ਵਿੱਚ ਜਲਦ ਹੀ ਤੁਹਾਡੇ ਨਾਲ ਸਾਂਝੇ ਕਰਾਂਗੇ। ਤਾਂ ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ ਹੈਗਾ ਚੈਨਲ ਦੇ ਨਾਲ, ਤੇ ਇਹਦੇ ਵਿੱਚ ਤੁਹਾਡੇ ਨਾਲ ਜਿਹੜੀਆਂ